ਸਤਨਾਮ ਸ਼੍ਰੀ ਵਾਹਿਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 60ਵੇਂ ਪੰਨੇ ਦੀ ਵਿਆਖਿਆ ਕਰਦੇ ਹਾਂ ਜੀ ਸ੍ਰੀ ਰਾਗ ਮਹੱਲਾ ਪਹਿਲਾ ਰੇਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਕਮਲੇ ਲਹਿਰੀ ਨਾਲ ਪਛਾੜੀਐ ਪੀ ਵਿਗਸੈ ਅਸਨੇ ਜਲਮੈ ਜੀ ਉਪਾਇਕੈ ਬਿਨ ਜਲ ਮਰਨਤਨੇ ਮਨ ਰੇ ਕਿਉ ਛੂਟੈ ਬਿਨ ਪਿਆਰ ਗੁਰਮੁਖ ਅੰਤਰ ਰਵ ਰਹਿਆ ਬਖਸੇ ਭਗਤ ਭੰਡਾਰ ਰਹਾਉ ਗੁਰੂ ਜੀ ਕਹਿੰਦੇ ਹਨ ਕਿ हे ਮਨ ਪਰਮਾਤਮਾ ਨਾਲ ਏਉਂ ਜਿਹਾ ਪਿਆਰ ਕਰ ਜਿਹੋ ਜਿਹਾ ਪਾਣੀ ਦਾ ਕਮਲ ਦੇ ਫੁੱਲ ਨਾਲ ਹੁੰਦਾ ਹੈ ਜਾਂ ਕਮਲ ਦੇ ਫੁੱਲ ਦਾ ਪਾਣੀ ਨਾਲ ਹੁੰਦਾ ਹੈ ਕਮਲ ਦਾ ਫੁੱਲ ਪਾਣੀ ਦੀਆਂ ਲਹਿਰਾਂ ਦੇ ਨਾਲ ਤੱਕੇ ਖਾਂਦਾ ਹੈ ਇਧਰ ਉਧਰ ਪਟਕਦਾ ਹੈ ਪਰ ਫਿਰ ਵੀ ਉਹਦਾ ਪਿਆਰ ਉਸ ਪਾਣੀ ਦੇ ਨਾਲ ਇੰਨਾ ਜ਼ਿਆਦਾ ਹੁੰਦਾ ਹੈ ਕਿ ਤੱਕੇ ਖਾਂਦਾ ਹੋਇਆ ਵੀ ਉਸ ਪਾਣੀ ਦੇ ਵਿੱਚ ਉਹ ਖੇਡਦਾ ਹੈ ਤਕਿਆਂ ਤੋਂ ਗੁੱਸੇ ਨਹੀਂ ਹੁੰਦਾ ਪਾਣੀ ਦੇ ਵਿੱਚ ਕਮਲ ਦੇ ਫੁੱਲਾਂ ਨੂੰ ਪੈਦਾ ਕਰਕੇ ਪ੍ਰਮਾਤਮਾ ਨੇ ਐਸੀ ਖੇਡ ਖੇਡੀ ਹੈ ਕਿ ਪਾਣੀ ਤੋਂ ਬਿਨਾ ਉਹਨਾਂ ਫੁੱਲਾਂ ਦੀ ਮੌਤ ਹੋ ਜਾਂਦੀ ਹੈ ਤੇ ਰਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਸਾਨੂੰ ਵੀ ਪ੍ਰਮਾਤਮਾ ਦੇ ਨਾਲ ਉਸੇ ਤਰ੍ਹਾਂ ਦਾ ਮੋਹ ਪਾਉਣਾ ਚਾਹੀਦਾ ਹੈ ਉਸੇ ਤਰ੍ਹਾਂ ਦਾ ਹੀ ਪਿਆਰ ਪਾਉਣਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਦਾ ਕਮਲ ਦੇ ਫੁੱਲਾਂ ਦਾ ਪਾਣੀ ਦੇ ਨਾਲ ਪਿਆਰ ਹੈ ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ ਜੈਸੀ ਮਛਲੀ ਨੀਰ ਜਿਉ ਅਦਕਉ ਤਿਉ ਸੁਖ ਕਣੋ ਮਨ ਤਨ ਸਾੰਤ ਸਰੀਰ ਬਿਨ ਜਲ ਘੜੀ ਨਾ ਜੀਵਈ ਪ੍ਰਭ ਜਾਣਾ ਅਬ ਪੀਰ ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰ ਜੈਸੀ ਚਾਤਰਕ ਮੇ ਸਰ ਭਰ ਥਲ ਹਰਿਆਵਲੇ ਇੱਕ ਬੂੰਦ ਨਾ ਪਵਹੀ ਕੇ ਕਰਮ ਮਿਲਾ ਸੋ ਪਾਈਐ ਕਿਰਤ ਪਿਆ ਸਿਰ ਦੇ ਫਿਰ ਕਹਿੰਦੇ ਹਨ ਕਿ ਹੇ ਮਨ ਪਰਮਾਤਮਾ ਨਾਲ ਇਹੋ ਜਿਹਾ ਪ੍ਰੇਮ ਕਰ ਜਿਹੋ ਜਿਹਾ ਮੱਛੀ ਦਾ ਪਾਣੀ ਨਾਲ ਹੈ ਜਿੰਨਾ ਜ਼ਿਆਦਾ ਪਾਣੀ ਹੁੰਦਾ ਹੈ ਮੱਛੀ ਨੂੰ ਉਨਾ ਹੀ ਜ਼ਿਆਦਾ ਸੁੱਖ ਉਨਾ ਹੀ ਜ਼ਿਆਦਾ ਆਨੰਦ ਮਿਲਦਾ ਹੈ ਉਸ ਦੇ ਮਨ ਵਿੱਚ ਤਨ ਵਿੱਚ ਤੇ ਸਰੀਰ ਵਿੱਚ ਠੰਡ ਪੈ ਜਾਂਦੀ ਹੈ ਪਾਣੀ ਤੋਂ ਬਿਨਾ ਉਹ ਇੱਕ ਪਲ ਵੀ ਜਿਉ ਨਹੀਂ ਸਕਦੀ ਫਿਰ ਕਹਿੰਦੇ ਕਿ हे ਮਨ ਪਰਮਾਤਮਾ ਦੇ ਨਾਲ ਇਹੋ ਜਿਹੀ ਪ੍ਰੀਤ ਕਰ ਜਿਹੋ ਜਿਹੀ ਪਪੀਹੇ ਦੀ ਮੀਂਹ ਨਾਲ ਹੁੰਦੀ ਹੈ ਧਰਤੀ ਦੇ ਉੱਪਰ ਉੱਪਰ ਬੜਾ ਹੀ ਪਾਣੀ ਹੈ ਬੜੇ ਹੀ ਪਾਣੀ ਦੇ ਸਰੋਤ ਹਨ ਸਰੋਵਰ ਹਨ ਹਰਿਆਵਲ ਹੀ ਹਰਿਆਵਲ ਹੈ ਪਰ ਜਿੰਨਾ ਚਿਰ ਮੀਂਹ ਦੇ ਪਾਣੀ ਦੀ ਇੱਕ ਬੂੰਦ ਪਪੀਹੇ ਦੇ ਮੂੰਹ ਦੇ ਵਿੱਚ ਨਹੀਂ ਪੈਂਦੀ ਉਹਨਾਂ ਚਿਰ ਉਸ ਨੂੰ ਸਬਰ ਨਹੀਂ ਆਉਂਦਾ ਉਹਨਾਂ ਚਿਰ ਉਸ ਨੂੰ ਇੱਕ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ ਸੋ ਸਾਨੂੰ ਉਸ ਪਰਮਾਤਮਾ ਦੇ ਨਾਲ ਇਸ ਤਰ੍ਹਾਂ ਦਾ ਪ੍ਰੇਮ ਕਰਨਾ ਚਾਹੀਦਾ ਹੈ ਕਿ ਜਦ ਤੱਕ ਸਾਡੇ ਮਨ ਦੇ ਵਿੱਚ ਸਾਡੇ ਮੁਖ ਦੇ ਵਿੱਚ ਪਰਮਾਤਮਾ ਦੀ ਸਿਫਤ ਨਾ ਹੋਵੇ ਤਾਂ ਸਾਡਾ ਮਨ ਸ਼ਾਂਤ ਨਾ ਹੋਵੇ ਭਾਵਕੇ ਪ੍ਰਮਾਤਮਾ ਸਾਨੂੰ ਹਰ ਵਕਤ ਹਰ ਪਲ ਚੇਤੇ ਵਿੱਚ ਰਹਿਣਾ ਚਾਹੀਦਾ ਹੈ ਰੇਮਨ ਐਸੀ ਹਰਿ ਸਿਓ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਆਪਟਨ ਆਪੇ ਖਵੇ ਦੁੱਧ ਕੋ ਖਪਨ ਨਾ ਦੇ ਆਪੇ ਮੇਲ ਬਿਸ਼ੁੰਨਿਆ ਸੱਚ ਬੜਿਆਈ ਦੇ ਰੇਮਨ ਐਸੀ ਹਰਿ ਸਿਓ ਪ੍ਰੀਤ ਕਰ ਜੈਸੀ ਚੱਕਵੀ ਸੂਰ ਖੇਨ ਪਲ ਨੀਂਦ ਨਾ ਸੋਭਈ ਜਾਣਾ ਦੂਰ ਹਜ਼ੂਰ ਮਨ ਮੁਖ ਸੋਜੀ ਨਾ ਪਵੈ ਗੁਰਮੁਖ ਸਦਾ ਹਜ਼ੂਰ ਅੱਗੇ ਕਹਿੰਦੇ ਹਨ ਕਿ ਹੇ ਮਨ ਉਸ ਪਰਮਾਤਮਾ ਦੇ ਨਾਲ ਉਸ ਹਰੀ ਦੇ ਨਾਲ ਇਹੋ ਜਿਹਾ ਪਿਆਰ ਬਣਾ ਜਿਹੋ ਜਿਹਾ ਪਾਣੀ ਤੇ ਦੁੱਧ ਦਾ ਹੈ ਜਦੋਂ ਦੁੱਧ ਦੇ ਵਿੱਚ ਪਾਣੀ ਨੂੰ ਮਿਲਾ ਦਿੱਤਾ ਜਾਂਦਾ ਹੈ ਤਾਂ ਦੁੱਧ ਉਸ ਨੂੰ ਆਪਣੇ ਆਪ ਦੇ ਵਿੱਚ ਇਸ ਤਰ੍ਹਾਂ ਸਮਾ ਲੈਂਦਾ ਹੈ ਕਿ ਦੋਨਾਂ ਦੇ ਵਿੱਚ ਵੱਖਰੇਵਾਂਪਣ ਕਰਨਾ ਔਖਾ ਹੋ ਜਾਂਦਾ ਹੈ ਬਹੁਤ ਹੀ ਔਕਾ ਕੀ ਨਾ ਮੁਮਕਨ ਹੋ ਜਾਂਦਾ ਹੈ ਕਿ ਉਹਨਾਂ ਦੇ ਵਿੱਚੋਂ ਤੁਸੀਂ ਦੁੱਧ ਤੇ ਪਾਣੀ ਨੂੰ ਫਿਰ ਅਲੱਗ-ਅਲੱਗ ਨਹੀਂ ਵਖਾ ਸਕਦੇ ਸਾਨੂੰ ਵੀ ਉਸ ਪਰਮਾਤਮਾ ਨੂੰ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਵਸਾ ਲੈਣਾ ਚਾਹੀਦਾ ਹੈ ਕਿ ਸਾਨੂੰ ਦੋਨੋਂ ਚੀਜ਼ਾਂ ਅਲੱਗ-ਅਲੱਗ ਨਾ ਦੱਸਣ ਤੇ ਅੱਗੇ ਕਹਿੰਦੇ ਹਨ ਕਿ ਸਾਨੂੰ ਉਸ ਪਰਮਾਤਮਾ ਦੇ ਨਾਲ ਇਹੋ ਜਿਹਾ ਪਿਆਰ ਕਰਨਾ ਚਾਹੀਦਾ ਹੈ ਜਿਹਾ ਜਿਹਾ ਚੱਕਵੀ ਦਾ ਪਿਆਰ ਸੂਰਜ ਦੇ ਨਾਲ ਹੈ ਚੱਕਵੀ ਕਿਸੇ ਤਰ੍ਹਾਂ ਦਾ ਕੋਈ ਪੰਛੀ ਹੈ ਜਦੋਂ ਸੂਰਜ ਡੁੱਬ ਜਾਂਦਾ ਹੈ ਉਹਦੀ ਨਜ਼ਰੋਂ ਓਲੇ ਹੋ ਜਾਂਦਾ ਹੈ ਤਾਂ ਵੀ ਉਸਦੇ ਦਿਲ ਦੇ ਵਿੱਚ ਉਸ ਸੂਰਜ ਦੇ ਪ੍ਰਤੀ ਪਿਆਰ ਉਸ ਸੂਰਜ ਦੇ ਪ੍ਰਤੀ ਲਗਾਵ ਨਹੀਂ ਘਟਦਾ ਤਾਂ ਵੀ ਉਹ ਉਹ ਉਸ ਸੂਰਜ ਨੂੰ ਅੰਗ ਸੰਗ ਸਮਝਦਾ ਹੈ ਤਾਂ ਸਾਨੂੰ ਹਾਲਾਂਕਿ ਪ੍ਰਮਾਤਮਾ ਨਜ਼ਰ ਨਹੀਂ ਆਉਂਦਾ ਪਰ ਸਾਨੂੰ ਫਿਰ ਵੀ ਉਹਨੂੰ ਆਪਣੇ ਅੰਗ ਸੰਗ ਸਮਝਣਾ ਚਾਹੀਦਾ ਹੈ ਮਨਮੁਖ ਗਣਤ ਗਨਾਵਣੀ ਕਰਤਾ ਕਰੇ ਸੋ ਹੋਏ ਤਾਂ ਕਿ ਕੀਮਤ ਨਾ ਪਵੇ ਜੇ ਲੋਚਾ ਸਭ ਕੋਈ ਗੁਰਮਤ ਹੋਏ ਤਾਂ ਪਾਈਐ ਸੱਚ ਸੱਚ ਮਿਲੈ ਸੁਖ ਹੋਈ ਸੱਚਾ ਨੇਹ ਨਾ ਟੁੱਟਈ ਜੇ ਸਤਗੁਰ ਭੇਟੈ ਸੋਏ ਗਿਆਨ ਪਦਾਰਥ ਪਾਈਐ ਤ੍ਰਿਭਵਨ ਸੋਜੀ ਹੋਈ ਨਿਰਮਲ ਨਾਮ ਨਾ ਵਿਸਰੈ ਜੇ ਗੁਣਕਾ ਗਾਹਕ ਹੋਏ ਆਪਣੇ ਮਨ ਪਿੱਛੇ ਤੁਰਨ ਵਾਲਾ ਮਨੁੱਖ ਭਾਵਕੀ ਮਨਮੁਖ ਮਨੁੱਖ ਆਪਣੀਆਂ ਹੀ ਵਡਿਆਈਆਂ ਕਰਦਾ ਹੈ ਪ੍ਰਮਾਤਮਾ ਨੂੰ ਆਪਣੇ ਮਨ ਦੇ ਵਿੱਚੋਂ ਪੁਲਾਈ ਰੱਖਦਾ ਹੈ ਪਰ ਗੁਰੂ ਜੀ ਕਹਿੰਦੇ ਹਨ ਕਿ ਬੰਦੇ ਦੇ ਕੀ ਬਸ ਹੈ ਜੋ ਕੁਝ ਕਰਾਉਂਦਾ ਹੈ ਉਹ ਕਰਤਾਰ ਉਹ ਪਰਮਾਤਮਾ ਆਪ ਹੀ ਕਰਾਉਂਦਾ ਹੈ ਜੇਕਰ ਕੋਈ ਜੀਵ ਆਪਣੀਆਂ ਵਡਿਆਈਆਂ ਛੱਡਣ ਦਾ ਯਤਨ ਵੀ ਕਰੇ ਤਾਂ ਤਾਂ ਵੀ ਉਹ ਇਸ ਕੰਮ ਦੇ ਵਿੱਚ ਅਸਫਲ ਹੁੰਦਾ ਹੈ ਜਦੋਂ ਤੱਕ ਕਿ ਉਸ ਨੂੰ ਇੱਕ ਗੁਰੂ ਨਹੀਂ ਮਿਲਦਾ ਜਿਹੜਾ ਕਿ ਉਸ ਨੂੰ ਉਸ ਰਾਸਤੇ ਤੋਂ ਤੋਰ ਸਕੇ ਜਿਹੜਾ ਕਿ ਉਸ ਨੂੰ ਗਾਈਡ ਕਰ ਸਕੇ ਸਲਾਹ ਦੇ ਸਕੇ ਸਿੱਖਿਆ ਦੇ ਸਕੇ ਕਿ ਕਿਸ ਤਰ੍ਹਾਂ ਆਪਦੀਆਂ ਵੜਾਈਆਂ ਨੂੰ ਬੰਦ ਕਰਨਾ ਹੈ ਕਿਸ ਤਰ੍ਹਾਂ ਮਨਮੁਖੀ ਨੂੰ ਦੂਰ ਕਰਨਾ ਹੈ ਤੇ ਗੁਰਮੁਖੀ ਵੱਲ ਨੂੰ ਤੁਰਨਾ ਹੈ ਉਸ ਗੁਰੂ ਦੀ ਮਦਦ ਦੇ ਨਾਲ ਬੰਦਾ ਆਪਣੇ ਅੰਦਰੋਂ ਹਉਮੈ ਹੰਕਾਰ ਨੂੰ ਦੂਰ ਕਰ ਸਕਦਾ ਹੈ ਤੇ ਅੱਗੇ ਗੁਰੂ ਜੀ ਕਹਿੰਦੇ ਹਨ ਕਿ ਉਸ ਗੁਰੂ ਦੇ ਮਿਲਣ ਦੇ ਨਾਲ ਜੇਕਰ ਸਾਨੂੰ ਉਹ ਗੁਰੂ ਮਿਲ ਜਾਏ ਤਾਂ ਉਹਦੀ ਮਿਹਰ ਸਦਕਾ ਉਸ ਦੀ ਸਿੱਖਿਆ ਸਦਕਾ ਉਸ ਪਰਮਾਤਮਾ ਦੇ ਨਾਲ ਐਸਾ ਪਿਆਰ ਪੈਂਦਾ ਹੈ ਜੋ ਕਦੇ ਵੀ ਨਹੀਂ ਟੁੱਟਦਾ ਪਰਮਾਤਮਾ ਦੇ ਨਾਲ ਡੂੰਗੀ ਸਾਂਝ ਪਾਉਣ ਵਾਲਾ ਨਾਮ ਪਦਾਰਥ ਮਿਲ ਜਾਂਦਾ ਹੈ ਇਹ ਸਮਝ ਪੈ ਜਾਂਦੀ ਹੈ ਤਿੰਨਾ ਭਵਨਾਂ ਦੀ ਕਿ ਤਿੰਨੇ ਭਵਨ ਕੀ ਹਨ ਜੇ ਮਨੁੱਖ ਗੁਰੂ ਦੀ ਮਿਹਰ ਦਾ ਸਦਕਾ ਪਰਮਾਤਮਾ ਦੇ ਗੁਣਾਂ ਦਾ ਗੁਣਾਂ ਦੇ ਸੌਦੇ ਦਾ ਖਰੀਦਦਾਰ ਬਣ ਜਾਵੇ ਤਾਂ ਇਸ ਨੂੰ ਫਿਰ ਉਹ ਪਵਿੱਤਰ ਨਾਮ ਕਦੇ ਵੀ ਨਹੀਂ ਭੁੱਲਦਾ ਖੇਲ ਗਏ ਸੇ ਪੰਖ ਨੂੰ ਜੋ ਚੁਗਦੇ ਸਰਤਲ ਘੜੀ ਕੇ ਮੋਹਤ ਕੇ ਚੱਲਣਾ ਖੇਲਣ ਅੱਜ ਕੇ ਕੱਲ ਜਿਸ ਤੂੰ ਮੇਲੇ ਸੋ ਮਿਲਾਇ ਜਾਏ ਸੱਚਾ ਪਿਰਮਲ ਬਿਣ ਗੁਰ ਪ੍ਰੀਤਿ ਨਾ ਉਪਜੈ ਹਉਮੈ ਮੈਲ ਨਾ ਜਾਏ ਸੋਹੂ ਆਪ ਪਛਾਣੀਐ ਸ਼ਬਦ ਭੇਦ ਪਤਿ ਆਏ ਗੁਰਮੁਖ ਆਪ ਪਛਾਣੀਐ ਅਵਰ ਕੇ ਕਰੇ ਕਰਾਏ ਜਿਹੜੇ ਜੀਵ ਪੰਛੀ ਇਸ ਸੰਸਾਰ ਸਰੋਵਰ ਦੇ ਉੱਤੇ ਚੋਗ ਚੁਗਦੇ ਹਨ ਉਹ ਆਪੋ ਆਪਣੀ ਜੀਵਨ ਖੇਡ ਖੇਡ ਕੇ ਚਲੇ ਜਾਂਦੇ ਹਨ ਹਰੇਕ ਜੀਵ ਪੰਛੀ ਨੇ ਘੜੀ ਪਲ ਦੀ ਖੇਡ ਖੇਡ ਕੇ ਇੱਥੋਂ ਤੁਰਦੇ ਜਾਣਾ ਹੈ ਜੇ ਮਨੁੱਖ ਦੇ ਅਸੀਂ ਜੀਵਨ ਦੀ ਗੱਲ ਕਰੀਏ ਜੀਵਨ ਕਾਲ ਦੀ ਗੱਲ ਕਰੀਏ ਇਸ ਪੂਰੇ ਬ੍ਰਹਿਮੰਡ ਦੇ ਵਿੱਚ ਪੂਰੇ ਬ੍ਰਹਿਮੰਡ ਦੀ ਤੁਲਨਾ ਦੇ ਵਿੱਚ ਤਾਂ ਮਨੁੱਖ ਦਾ ਜੀਵਨ ਕਾਲ ਤੇ ਮਨੁੱਖ ਦਾ ਅਸਤਿਤਵ ਬਹੁਤ ਛੋਟਾ ਹੈ ਇਸ ਤਰ੍ਹਾਂ ਸਮਝ ਲਓ ਕਿ ਜਿਸ ਤਰ੍ਹਾਂ ਰੇਗਿਸਤਾਨ ਦੇ ਵਿੱਚ ਰੇਤ ਦਾ ਇੱਕ ਕਣ ਹੋਵੇ ਉਸੇ ਤਰ੍ਹਾਂ ਹੀ ਇਸ ਪੂਰੇ ਬ੍ਰਹਿਮੰਡ ਦੇ ਵਿੱਚ ਮਨੁੱਖ ਹੈ ਮਨੁੱਖ ਦਾ ਅਸਤਿਤਵ ਇੰਨਾ ਜ਼ਿਆਦਾ ਛੋਟਾ ਹੈ ਇਸ ਪੂਰੇ ਬ੍ਰਹਿਮੰਡ ਦੇ ਵਿੱਚ ਤੇ ਹੰਕਾਰ ਮਨੁੱਖ ਬਹੁਤ ਵੱਡਾ ਚੱਕੀ ਫਿਰਦਾ ਹੈ ਗੁਰੂ ਜੀ ਇੱਥੇ ਸਾਨੂੰ ਇਹੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਆਪਣੇ ਅਸਤਿਤਵ ਨੂੰ ਪਛਾਣੋ ਆਪਣੇ ਅੰਦਰੋਂ ਹੰਕਾਰ ਨੂੰ ਕੱਢੋ ਤੇ ਇਹ ਉਦੋਂ ਹੀ ਨਿਕਲ ਸਕਦਾ ਹੈ ਜਦੋਂ ਸਾਨੂੰ ਕੋਈ ਗੁਰੂ ਮਿਲ ਜਾਵੇ ਗੁਰੂ ਸਾਨੂੰ ਕੁਝ ਸਿਖਿਆ ਦੇਵੇ ਤਾਂ ਹੀ ਸਾਡਾ ਮਨ ਜੋ ਹੈ ਮਨਮੁਖੀ ਵੱਲੋਂ ਮੁੜ ਸਕਦਾ ਹੈ ਤੇ ਗੁਰਮੁਖ ਬਣ ਸਕਦਾ ਹੈ ਤਾਂ ਹੀ ਸਾਡੇ ਅੰਦਰੋਂ ਹਉਮੈ ਦੂਰ ਹੋ ਸਕਦੀ ਹੈ ਤਾਂ ਹੀ ਸਾਨੂੰ ਆਪਣੇ ਅਸਲੇ ਦੀ ਪਛਾਣ ਹੋ ਸਕਦੀ ਹੈ ਜੇਕਰ ਮਨੁੱਖ ਆਪਣੇ ਆਪ ਨੂੰ ਖੁਦ ਪਛਾਣਨ ਦੀ ਕੋਸ਼ਿਸ਼ ਵੀ ਕਰਦਾ ਹੈ ਤਾ ਵੀ ਉਸ ਦੇ ਵਿੱਚ ਹਉਮੈ ਆ ਜਾਂਦੀ ਹੈ ਕਿ ਮੈਂ ਆਪਣੇ ਆਪ ਨੂੰ ਪਛਾਣਨ ਦੀ ਕੋਸ਼ਿਸ਼ ਕਰ ਰਿਹਾ ਹਾਂ ਜਦੋਂ ਅਸੀਂ ਗੁਰੂ ਦੇ ਲੜ ਲੱਗ ਕੇ ਆਪਣੇ ਆਪ ਨੂੰ ਪਛਾਣਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਹ ਹਉਮੈ ਨਹੀਂ ਆਉਂਦੀ ਇਹ ਮਨੁੱਖੀ ਸੁਭਾਅ ਹੀ ਹੈ ਫਿਰ ਉਸ ਨੂੰ ਲੱਗਦਾ ਹੈ ਕਿ ਮੈਂ ਨਹੀਂ ਕਰ ਰਿਹਾ ਗੁਰੂ ਕਰਵਾ ਰਿਹਾ ਹੈ ਜਾਂ ਗੁਰੂ ਮੈਨੂੰ ਸਿਖਾ ਰਿਹਾ ਹੈ ਤਾਂ ਉਸ ਤਰ੍ਹਾਂ ਹਉਮੈ ਆਉਂਦੀ ਹੀ ਨਹੀਂ ਸੋ ਗੁਰੂ ਦੀ ਮਹੱਤਤਾ ਨੂੰ ਇਹਨਾਂ ਪੰਕਤੀਆਂ ਦੇ ਵਿੱਚ ਇੱਕ ਵਾਰ ਫਿਰ ਤੋਂ ਉਜਾਗਰ ਕੀਤਾ ਗਿਆ ਹੈ ਮਿਲੇ ਆ ਕਾ ਕਿਆ ਮੇਲੀਐ ਸ਼ਬਦ ਮਿਲੇ ਪਤਿ ਆਏ ਮਨ ਮੁਖ ਸੋਜੀ ਨਾ ਪਵੇ ਵਿਛੜ ਚੋਟਾ ਖਾਏ ਨਾਨਕ ਦਰ ਘਰ ਏਕ ਹੈ ਅਵਰ ਨ ਦੂਜੀ ਜਾਏ ਜਿਹੜਾ ਜੀਵ ਗੁਰੂ ਦੇ ਸ਼ਬਦ ਵਿੱਚ ਪਤੀਜ ਕੇ ਪ੍ਰਭੂ ਚਰਨਾ ਵਿੱਚ ਮਿਲਦਾ ਹੈ ਗੁਰੂ ਦੇ ਸ਼ਬਦ ਦੇ ਵਿੱਚ ਖੁੰਭ ਕੇ ਗੁਰੂ ਦੇ ਸ਼ਬਦ ਦੇ ਵਿੱਚ ਮਿਲ ਕੇ ਪ੍ਰਭੂ ਦੇ ਚਰਨਾ ਦੇ ਵਿੱਚ ਆ ਮਿਲਦਾ ਹੈ ਉਸ ਦੇ ਅੰਦਰ ਕੋਈ ਵੀ ਐਸਾ ਵਿਛੋੜਾ ਰਹਿ ਨਹੀਂ ਜਾਂਦਾ ਜਿਸ ਨੂੰ ਦੂਰ ਕਰਨ ਦੀ ਲੋੜ ਪਵੇ ਉਹਨੂੰ ਪਰਮਾਤਮਾ ਦੇ ਨਾਲ ਮਿਲਾਉਣ ਦੇ ਲਈ ਤੇ ਦੂਜੇ ਪਾਸੇ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਮਨਮੁਖ ਮਨੁੱਖ ਪ੍ਰਭੂ ਦੇ ਚਰਨਾਂ ਤੋਂ ਵਿਛੜ ਕੇ ਮਾਇਆ ਮੋਹ ਦੀਆਂ ਝੋਟਾਂ ਖਾਂਦਾ ਰਹਿੰਦਾ ਹੈ ਹੇ ਨਾਨਕ ਜਿਹੜਾ ਮਨੁੱਖ ਪ੍ਰਭੂ ਚਰਨਾਂ ਵਿੱਚ ਮਿਲ ਗਿਆ ਹੈ ਉਸ ਨੂੰ ਪ੍ਰਭੂ ਹੀ ਇੱਕ ਆਸਰਾ ਦਿਸਦਾ ਹੈ ਪ੍ਰਭੂ ਤੋਂ ਬਿਨਾਂ ਉਸ ਨੂੰ ਹੋਰ ਕੋਈ ਵੀ ਦੂਜਾ ਸਹਾਰਾ ਜਾਂ ਦੂਜੀ ਥਾਂ ਨਹੀਂ ਦਿਖਦੀ ਨਾਨਕ ਦਰਕਰ ਇਕ ਹੈ ਅਵਰ ਨਾ ਦੂਜੀ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਮਨਮੁਖ ਭੁੱਲੇ ਭੁਲਾਈਐ ਭੁੱਲੀ ਠਹਿਰ ਨ ਕਾਏ ਗੁਰਬਿਨ ਕੋ ਨ ਦਿਖਾਵਈ ਅੰਧੀ ਆਵੈ ਜਾਏ ਗਿਆਨ ਪਦਾਰਤ ਖੋਇਆ ਠੱਗਿਆ ਮੁਠਾ ਜਾਏ ਬਾਬਾ ਮਾਇਆ ਭਰਮ ਭੁਲਾਏ ਭਰਮ ਭੁਲੀ ਟੋਹਾਗਣੀ ਨਾ ਪਿਰ ਅੰਕ ਸਮਾਏ ਰਹਾਓ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਆਪਣੇ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਜਾਂਦਾ ਹੈ ਮਾਇਆ ਉਸ ਨੂੰ ਕੁਰਾਹੇ ਪਾ ਦਿੰਦੀ ਹੈ ਗੁਰੂ ਤੋਂ ਬਿਨਾ ਐਸੇ ਮਨੁੱਖ ਨੂੰ ਹੋਰ ਕੋਈ ਵੀ ਰਸਤਾ ਨਹੀਂ ਦਿਸਦਾ ਜਿਹੜਾ ਕਿ ਉਸ ਨੂੰ ਸਹੀ ਰਸਤਾ ਵਿਖਾ ਸਕੇ ਗੁਰੂ ਤੋਂ ਬਿਨਾ ਕੋਈ ਹੋਰ ਸਹੀ ਰਸਤਾ ਨਹੀਂ ਵਿਖਾ ਸਕਦਾ ਤਾਂ ਮਾਇਆ ਦੇ ਵਿੱਚ ਅੰਨਾ ਹੋਇਆ ਉਹ ਮਨੁੱਖ ਗੁਰੂ ਦੀ ਘਾਟ ਕਰਕੇ ਪਟਕਦਾ ਹੀ ਰਹਿੰਦਾ ਹੈ ਜਿਸ ਵੀ ਜੀਵ ਨੇ ਮਾਇਆ ਦੇ ਫਾਹੇ ਚੜ ਕੇ ਪ੍ਰਮਾਤਮਾ ਨਾਲ ਡੂੰਗੀ ਸਾਂਝ ਪੈਦਾ ਕਰਨ ਵਾਲਾ ਨਾਮ ਧਨ ਗਵਾ ਲਿਆ ਹੈ ਉਹ ਮਨੁੱਖ ਠੱਗਿਆ ਜਾਂਦਾ ਹੈ ਆਤਮਿਕ ਜੀਵਨ ਵੱਲੋਂ ਲੁੱਟਿਆ ਜਾਂਦਾ ਹੈ हे ਭਾਈ ਮਾਇਆ ਜੀਵਾਂ ਨੂੰ ਭਲੇਖੇ ਵਿੱਚ ਪਾ ਕੇ ਕਰਾਹੇ ਪਾ ਦਿੰਦੀ ਹੈ ਜਿਹੜੀ ਭਾਗਹੀਣ ਜੀਵ ਇਸਤਰੀ ਭਲੇਖੇ ਵਿੱਚ ਪੈ ਕੇ ਕਰਾਹੇ ਪੈਂਦੀ ਹੈ ਉਹ ਕਦੇ ਵੀ ਪ੍ਰਭੂ ਪਤੀ ਦੇ ਚਰਨਾਂ ਵਿੱਚ ਲੀਨ ਨਹੀਂ ਹੋ ਸਕਦੀ ਜਿਸ ਤਰ੍ਹਾਂ ਕਿ ਅਸੀਂ ਬਹੁਤ ਵਾਰ ਗੱਲ ਕਰ ਚੁੱਕੇ ਹਾਂ ਕਿ ਜਾਂ ਤੇ ਤੁਹਾਡੇ ਮਨ ਦੇ ਵਿੱਚ ਵਿਕਾਰ ਰਹਿ ਸਕਦੇ ਹਨ ਜਾਂ ਪ੍ਰਮਾਤਮਾ ਰਹਿ ਸਕਦਾ ਹੈ ਦੋਨੋਂ ਇਕੱਠੇ ਨਹੀਂ ਰਹਿ ਸਕਦੇ ਭੂਲੀ ਫਰੈਦ ਸੰਤਰੀ ਭੂਲੀ ਗ੍ਰਹਿ ਤੱਜ ਜਾਏ ਭੂਲੀ ਡੂੰਗਰ ਥਲ ਚੜਾ ਭਰਮੈ ਮਨ ਡੋਲਾਏ ਧੁਰੋਂ ਵਿ슌ਨੀ ਕਿਉ ਮਿਲਾ ਗਰਭ ਮੁਠੀ ਬਿਲ ਲਾਏ ਵਿਛੜਿਆ ਗੁਰ ਮੇਲ ਸੀ ਹਰ ਰਸ ਨਾਮ ਪਿਆਰ ਸਾਚ ਸਹਜ ਸੋਭਾ ਘਣੀ ਹਰ ਗੁਣ ਨਾਮ ਆਧਾਰ ਜੋ ਭਾਵੈ ਤਿਉ ਰੱਖ ਤੂੰ ਮੈਂ ਤੁਜ ਬਿਨ ਕਵਨ ਕਤਾਰ ਜੀਵਨ ਦੇ ਰਾਹ ਤੋਂ ਖੁੰਝੀ ਹੋਈ ਜੀਵ ਇਸਤਰੀ ਜਾਂ ਜੀਵਨ ਦੇ ਰਾਹ ਤੋਂ ਖੁੰਝਿਆ ਹੋਇਆ ਮਨੁੱਖ ਆਪਣਾ ਗ੍ਰਹਿਸਤ ਤਿਆਗ ਕੇ ਦੇਸਾਂ ਦਸੰਤਰਾ ਵਿੱਚ ਤੱਕੇ ਖਾਂਦਾ ਫਿਰਦਾ ਹੈ ਖੁੰਝਿਆ ਹੋਇਆ ਕਦੇ ਕਿਸੇ ਪਹਾੜ ਦੀ ਗੁਫਾ ਦੇ ਵਿੱਚ ਜਾ ਬੈਠਦਾ ਹੈ ਕਦੇ ਕਿਸੇ ਢਿਲੇ ਉੱਤੇ ਚੜ ਬੈਠਦਾ ਹੈ ਭਟਕਦਾ ਫਿਰਦਾ ਹੈ ਪਰ ਉਸ ਦਾ ਮਨ ਮਾਇਆ ਦੇ ਅਸਰ ਹੇਠਾਂ ਡੋਲਦਾ ਹੀ ਰਹਿੰਦਾ ਹੈ ਉਹ ਪ੍ਰਮਾਤਮਾ ਦੇ ਨਾਲੋਂ ਇਸ ਤਰ੍ਹਾਂ ਵਿਛੜਿਆ ਹੁੰਦਾ ਹੈ ਧੁਰੋਂ ਹੀ ਵਿਛੜਿਆ ਹੁੰਦਾ ਹੈ ਕਿ ਦੁਬਾਰਾ ਜੁੜ ਹੀ ਨਹੀਂ ਸਕਦਾ ਜਿੰਨਾ ਚਿਰ ਕੀ ਗੁਰੂ ਦੀ ਸ਼ਰਨ ਨਹੀਂ ਪੈਂਦਾ ਆਪਣੇ ਅੰਦਰ ਭਰੀ ਹੋਈ ਅਹੰਕਾਰ ਦੀ ਅੱਗ ਉਸ ਨੂੰ ਸਾੜ ਰਹੀ ਹੈ ਤੇ ਵਿਛੋੜੇ ਦੇ ਵਿੱਚ ਉਹ ਪ੍ਰਮਾਤਮਾ ਦੇ ਨਾਲੋਂ ਵਿਛੋੜੇ ਦੇ ਵਿੱਚ ਉਹ ਕਲਪਦਾ ਰਹਿੰਦਾ ਹੈ ਤਾਂ ਉਸ ਵਕਤ ਉਸ ਭਟਕੇ ਹੋਏ ਮਨੁੱਖ ਦਾ ਇੱਕੋ ਇੱਕ ਸਹਾਰਾ ਗੁਰੂ ਹੁੰਦਾ ਹੈ ਜਿਹੜਾ ਕਿ ਉਸ ਨੂੰ ਹਰੀ ਦਾ ਨਾਮ ਬਖਸ਼ ਕੇ ਨਾਮ ਧਨ ਬਖਸ਼ ਕੇ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਜੋੜਦਾ ਹੈ ਪ੍ਰਮਾਤਮਾ ਦੇ ਨਾਲੋਂ ਉਸ ਦਾ ਵਿਛੋੜਾ ਦੂਰ ਕਰਦਾ ਹੈ ਗੁਰੂ ਆਪਣੀ ਸਿੱਖਿਆ ਦੇ ਨਾਲ ਉਸ ਦੇ ਅੰਦਰੋਂ ਹਉਮੈ ਹੰਕਾਰ ਆਦਿਕ ਵਿਕਾਰਾਂ ਨੂੰ ਵੀ ਦੂਰ ਕਰਦਾ ਹੈ ਅੱਖਰ ਪੜ ਪੜ ਭੁੱਲੀਐ ਭੇਖੀ ਬਹੁਤ ਅਭਿਮਾਨ ਤੀਰਥ ਨਾਤਾ ਕਿਆ ਕਰੇ ਮਨ ਮੈਂ ਮੈਲ ਗੁਮਾਨ ਗੁਰਬਿਨ ਕਿਨ ਸਮਝਾਈਐ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਐ ਗੁਰਮੁਖ ਤਤ ਵਿਚਾਰ ਸਾਤਨ ਆਪ ਗਵਾਇਆ ਗੁਰ ਕਾ ਸ਼ਬਦ ਸਿਗਾਰ ਘਰ ਹੀ ਸੋਪਿਰ ਪਾਇਆ ਗੁਰ ਕੈ ਹੇਤ ਅਪਾਰ ਇਨ੍ਹਾਂ ਪੰਕਤੀਆਂ ਦੇ ਵਿੱਚ ਗੁਰੂ ਜੀ ਉਹਨਾਂ ਲੋਕਾਂ ਦੀ ਗੱਲ ਕਰ ਰਹੇ ਹਨ ਜੋ ਗ੍ਰਹਿਸਤ ਨੂੰ ਤਿਆਗ ਕੇ ਤਪੱਸਿਆ ਕਰਨ ਲਈ ਚਲੇ ਜਾਂਦੇ ਹਨ ਜਾਂ ਤੀਰਥ ਇਸ਼ਨਾਨਾਂ ਦੇ ਉੱਤੇ ਜਾਂਦੇ ਹਨ ਤਾਂ ਗੁਰੂ ਜੀ ਕਹਿੰਦੇ ਹਨ ਕਿ ਗ੍ਰਹਿਸਤ ਤਿਆਗੀਆਂ ਦੇ ਭੇਖਾਂ ਨਾਲ ਵੀ ਮਨ ਵਿੱਚ ਬੜਾ ਮਾਣ ਪੈਦਾ ਹੁੰਦਾ ਹੈ ਤੀਰਥਾਂ ਉੱਤੇ ਇਸ਼ਨਾਨ ਕਰਨ ਨਾਲ ਵੀ ਜੀਵ ਕੁਝ ਨਹੀਂ ਸਵਾਰ ਸਕਦਾ ਕਿਉਂਕਿ ਉਸ ਦੇ ਅੰਦਰ ਅਹੰਕਾਰ ਦੀ ਮਹਿਲ ਟਿਕੀ ਰਹਿੰਦੀ ਹੈ ਉਸ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਇੱਕ ਖਿਆਲ ਬਣਿਆ ਰਹਿੰਦਾ ਹੈ ਕਿ ਮੈਂ ਤੀਰਥ ਇਸ਼ਨਾਨੀ ਹਾਂ ਉਹ ਆਪਣੇ ਆਪ ਨੂੰ ਭਾਗਾ ਵਾਲਾ ਸਮਝਦਾ ਹੈ ਆਪਣੇ ਆਪ ਨੂੰ ਦੂਸਰੇ ਆਪਣੇ ਆਸ-ਪਾਸ ਦੇ ਲੋਕਾਂ ਦੇ ਨਾਲੋਂ ਉੱਚਾ ਸਮਝਦਾ ਹੈ ਕਿ ਇਹਨਾਂ ਨੇ ਤੀਰਥ ਇਸ਼ਨਾਨ ਨਹੀਂ ਕੀਤੇ ਹਨ ਪਰ ਮੈਂ ਕੀਤੇ ਹਨ ਤਾਂ ਉਹ ਜਿਹੜੀ ਮੈਂ ਹੈ ਉਸ ਨੂੰ ਪਰਮਾਤਮਾ ਦੇ ਨਾਲ ਮਿਲਾਨ ਤੋਂ ਰੋਕਦੀ ਹੈ ਸੋ ਗੱਲ ਉੱਥੇ ਦੀ ਉੱਥੇ ਹੀ ਆ ਜਾਂਦੀ ਹੈ ਕਿ ਤੁਸੀਂ ਦੂਰ ਦੂਰ ਤੱਕ ਤੀਸ ਇਸ਼ਨਾਨ ਕੀਤੇ ਤਪੱਸਿਆਵਾਂ ਲਈ ਚਲੇ ਗਏ ਇੰਨਾ ਸਮਾਂ ਬਰਬਾਦ ਕੀਤਾ ਐਨੇ ਤੱਕੇ ਖਾਦੇ ਪਰ ਉਸ ਪਰਮਾਤਮਾ ਦੇ ਨਾਲ ਸਾਂਝ ਤੁਹਾਡੀ ਫਿਰ ਵੀ ਨਹੀਂ ਬਣੀ ਜਿਸ ਤੱਕ ਇੱਕ ਸੌਖਾ ਤਰੀਕਾ ਸੀ ਕਿ ਤੁਸੀਂ ਆਪਣੇ ਮਨ ਨੂੰ ਮਾਰ ਕੇ ਇੱਕ ਗੁਰੂ ਦੀ ਸ਼ਰਨ ਦੇ ਵਿੱਚ ਪੈ ਜਾਂਦੇ ਉਸ ਗੁਰੂ ਦੀਆਂ ਸਿੱਖਿਆਵਾਂ ਲੈਂਦੇ ਤਾਂ ਗੁਰੂ ਤੁਹਾਡੇ ਮਨ ਦੇ ਅੰਦਰੋਂ ਉਸ ਹੰਕਾਰ ਨੂੰ ਦੂਰ ਕਰਦਾ ਉਸ ਹਉਮੈ ਨੂੰ ਦੂਰ ਕਰਦਾ ਤੇ ਪਰਮਾਤਮਾ ਦੇ ਨਾਲ ਤੁਹਾਡੀ ਸਾਂਝ ਆਪਣੇ ਆਪ ਹੀ ਬਣ ਜਾਣੀ ਸੀ ਜਦੋਂ ਮਨ ਦੇ ਵਿੱਚੋਂ ਮੈਂ ਖਤਮ ਹੋਈ ਤਾਂ ਸਮਝ ਲਓ ਕਿ ਪਰਮਾਤਮਾ ਦੀ ਉਪਜ ਹੋ ਗਈ ਪਰਮਾਤਮਾ ਦੇ ਨਾਲ ਸਾਂਝ ਬਣ ਗਈ ਗੁਰ ਕੀ ਸੇਵਾ ਚੱਕਰੀ ਮਨ ਨਿਰਮਲ ਸੁਖ ਹੋਏ ਗੁਰ ਕਾ ਸ਼ਬਦ ਮਨ ਵਸਿਆ ਹਉਮੈ ਵਿੱਚੋਂ ਖੋਏ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ ਕਰਮ ਮਿਲੇ ਤਾਂ ਪਾਈਐ ਆਪ ਨਾ ਲਾਇਆ ਜਾਏ ਗੁਰ ਕੀ ਚਰਣੀ ਲੱਗ ਰੋ ਵਿੱਚੋਂ ਆਪ ਗਵਾਏ ਸੱਚੇ ਸੇਤੀ ਰਤਿਆ ਸੱਚੋ ਪੱਲਾ ਪਾਈ ਗੁਰੂ ਦੀ ਦਸਤੀ ਹੋਈ ਚਾਕਰੀ ਕੀਤਿਆਂ ਸੇਵਾ ਕੀਤਿਆਂ ਮਨ ਪਵਿੱਤਰ ਹੋ ਜਾਂਦਾ ਹੈ ਆਤਮਿਕ ਆਨੰਦ ਮਿਲਦਾ ਹੈ ਜਿਸ ਮਨੁੱਖ ਦੇ ਮਨ ਵਿੱਚ ਗੁਰੂ ਦਾ ਸ਼ਬਦ ਵਸ ਪੈਂਦਾ ਹੈ ਉਹ ਆਪਣੇ ਅੰਦਰੋਂ ਹਉਮੈ ਨੂੰ ਦੂਰ ਕਰ ਲੈਂਦਾ ਹੈ ਜਿਸ ਮਨੁੱਖ ਨੇ ਨਾਮ ਧਨ ਹਾਸਲ ਕਰ ਲਿਆ ਹੈ ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਉਸ ਦੇ ਵਿੱਚ ਉਸ ਮਨੁੱਖ ਦੇ ਮਨ ਦੇ ਵਿੱਚ ਸਦਾ ਲਾਭ ਹੁੰਦਾ ਹੈ ਗੁਣਾ ਦਾ ਆਤਮਿਕ ਗੁਣਾ ਦਾ ਵਾਅਦਾ ਹੁੰਦਾ ਹੈ ਪਰਮਾਤਮਾ ਮਿਲਦਾ ਹੈ ਤਾਂ ਆਪਣੀ ਮਿਹਰ ਨਾਲ ਹੀ ਮਿਲਦਾ ਹੈ ਮਿਲਦਾ ਹੈ ਮਨੁੱਖ ਦੇ ਆਪਣੇ ਉਦਮ ਨਾਲ ਪਰਮਾਤਮਾ ਨੂੰ ਪਾਇਆ ਨਹੀਂ ਜਾ ਸਕਦਾ ਆਪਣੇ ਅੰਦਰੋਂ ਆਪਾ ਭਾਵ ਦੂਰ ਕਰਕੇ ਗੁਰੂ ਦੇ ਸ਼ਰਣੇ ਦੇ ਵਿੱਚ ਗੁਰੂ ਦੇ ਚਰਨਾਂ ਦੇ ਵਿੱਚ ਟਿਕੇ ਰਹਿਣਾ ਚਾਹੀਦਾ ਹੈ ਉਸ ਗੁਰੂ ਦੀ ਸਿੱਖਿਆ ਦੀ ਬਰਕਤ ਦੇ ਨਾਲ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਰੰਗ ਵਿੱਚ ਰੰਗੇ ਰਹੀਦਾ ਹੈ ਤਾਂ ਸਾਨੂੰ ਉਹ ਪਰਮਾਤਮਾ ਮਿਲ ਪੈਂਦਾ ਹੈ ਉਸ ਪਰਮਾਤਮਾ ਦੀ ਪਛਾਣ ਹੋ ਜਾਂਦੀ ਹੈ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਗੁਰਮਤਿ ਮਨ ਸਮਝਾਇਆ ਲਾਗੈ ਤਸੈ ਪਿਆਰ ਨਾਨਕ ਸਾਚਨਾ ਵਿਸਰੈ ਮੇਲੇ ਸ਼ਬਦ ਅਪਾਰ ਏ ਬਾਬਾ ਮਾਇਆ ਐਸੀ ਪ੍ਰਭਲ ਹੈ ਕਿ ਜਿਸ ਇਸ ਦੇ ਫਾਹੇ ਚੜਕੇ ਹਰੇਕ ਜੀਵ ਗਲਤੀ ਖਾ ਜਾਂਦਾ ਹੈ ਸਿਰਫ ਗੁਰੂ ਹੈ ਤੇ ਕਰਤਾਰ ਹੈ ਭਾਵ ਉਹ ਪ੍ਰਮਾਤਮਾ ਹੈ ਜਿਹੜੇ ਕੀ ਬਾयां ਦੇ ਮਾਇਆ ਦੇ ਅਸਰ ਹੇਠ ਨਹੀਂ ਆਉਂਦੇ ਤੇ ਗਲਤੀ ਨਹੀਂ ਕਰਦੇ ਨਹੀਂ ਖਾਂਦੇ ਜਿਸ ਮਨੁੱਖ ਨੇ ਗੁਰੂ ਦੀ ਮੱਤ ਉੱਤੇ ਤੁਰ ਕੇ ਆਪਣੇ ਮਨ ਨੂੰ ਸਮਝ ਲਿਆ ਹੈ ਤੇ ਸਮਝਾ ਲਿਆ ਹੈ ਉਸ ਦੇ ਅੰਦਰ ਪਰਮਾਤਮਾ ਦਾ ਪ੍ਰੇਮ ਬਣ ਜਾਂਦਾ ਹੈ ਹੇ ਨਾਨਕ ਜਿਸ ਮਨੁੱਖ ਨੂੰ ਗੁਰੂ ਦਾ ਸ਼ਬਦ ਅਪਾਰ ਮਿਲ ਪੈਂਦਾ ਹੈ ਗੁਰੂ ਦੇ ਸ਼ਬਦ ਦੇ ਰਾਹੀਂ ਉਹ ਅਪਾਰ ਪਰਮਾਤਮਾ ਮਿਲ ਪੈਂਦਾ ਹੈ ਉਹ ਸਦਾ ਸਥਿਰ ਪਰਮਾਤਮਾ ਫਿਰ ਉਸ ਨੂੰ ਕਦੇ ਵੀ ਨਹੀਂ ਪੁੱਲਦਾ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 60ਵੇਂ ਪੰਨੇ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਹਮੇਸ਼ਾ ਦੀ ਤਰ੍ਹਾਂ ਵੀਡੀਓ ਨੂੰ ਚੰਗੀ ਲੱਗੀ ਤਾਂ ਆਪਣੇ ਨਾਲ ਵਾਲਿਆਂ ਦੇ ਨਾਲ ਆਪਣੇ ਚਹੇਤਿਆਂ ਦੇ ਨਾਲ ਆਪਣੇ ਸੱਜਣਾ ਮਿੱਤਰਾਂ ਦੇ ਨਾਲ ਸ਼ੇਅਰ ਜਰੂਰ ਕਰਿਓ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਆਪਣੇ ਚੈਨਲ ਦੇ ਉੱਪਰ 10000 ਸਬਸਕ੍ਰਾਈਬਰ ਹੋ ਗਏ ਹਨ ਮੈਂ ਤੈ ਦਿਲ ਤੋਂ ਤੁਹਾਡਾ ਸਭ ਦਾ ਧੰਨਵਾਦ ਕਰਦਾ ਹਾਂ ਜਿਹੜੇ ਕਿ ਸ਼ੁਰੂ ਤੋਂ ਇਸ ਚੈਨਲ ਦੇ ਨਾਲ ਜੁੜੇ ਹੋਏ ਹੋ ਤੇ ਅੱਗੇ ਵੀ ਲੋਕਾਂ ਨੂੰ ਜੋੜ ਰਹੇ ਹਾਂ ਅੱਗੇ ਵੀ ਵੀਡੀਓਜ਼ ਨੂੰ ਸ਼ੇਅਰ ਕਰ ਰਹੇ ਹਾਂ ਲਾਈਕ ਕਰ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ